ਅੱਜ ਮਾਤਾ ਜੀ ਦਾ ਪਹਿਲਾ ਨਵਰਾਤਰਾ ਹੈ। ਅਸੀਂ ਖੜਿਆ ਸੰਗਰੂਰ ਦੇ ਮਾਤਾ ਮਹਾਕਾਲੀ ਦੇਵੀ ਦੇ ਮੰਦਿਰ ਦੇ ਵਿੱਚ ਜਿੱਥੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਭਗਤਾਂ ਦੀ ਭੀੜ ਦੇਖੀ ਜਾ ਸਕਦੀ ਹੈ। ਜਿਹੜੇ ਭਗਤ ਜਨ ਨੇ ਬੜੀ ਸ਼ਰਧਾ ਦੇ ਨਾਲ ਮੱਥਾ ਟੇਕਣ ਪਹੁੰਚੇ ਨੇ। ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਭਗਤ ਜਨ ਮੱਥਾ ਟੇਕਣ ਪਹੁੰਚ ਚੁੱਕੇ ਨੇ ਮਾਤਾ ਮਹਾਕਾਲੀ ਦੇਵੀ ਦੇ ਮੰਦਿਰ ਦੇ ਅੰਦਰ। ਇਹ ਉਹ ਤਸਵੀਰਾਂ ਨੇ ਸੰਗਰੂਰ ਦੀਆਂ ਤਸਵੀਰਾਂ ਮਾਤਾ ਮਹਾਕਾਲੀ ਦੇਵੀ ਜੀ ਦੇ ਮੰਦਿਰ ਦੀਆਂ, ਜੇ ਭਗਤ ਜਨ ਮੱਥਾ ਟੇਕਣ ਪਹੁੰਚੇ ਨੇ। ਪਹਿਲਾ ਨਵਰਾਤਰਾ ਹੈ, ਜਿੰਨੇ ਵੀ ਭਗਤ ਜਨ ਇੱਥੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਪੁੱਛਦੇ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿੰਨੀ ਭੀੜ ਘੱਟ ਹੈ ਜਾਂ ਵੱਧ ਹੈ ਜਾਂ ਕੀ ਇੰਤਜ਼ਾਮ ਕੀਤੇ ਗਏ ਨੇ, ਗੱਲ ਕਰ ਲੈਂਦੇ। ਕੀ ਨਾਮ ਹੈ ਜੀ? ਦਵਿੰਦਰ ਕੁਮਾਰ ਜੀ। ਦਵਿੰਦਰ ਜੀ, ਕਿੱਦਾਂ ਦੇਖਦੇ ਹੋ ਮਾਤਾ ਜੀ ਦਾ ਪਹਿਲਾ ਨਵਰਾਤਰਾ, ਮੱਥਾ ਟੇਕਣ ਪਹੁੰਚਿਓ? ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ। ਪਿਛਲੇ ਲੋਕਡਾਊਨ ਕਰਕੇ ਲੋਕਾਂ ਦੇ ਵਿੱਚ ਡਰ ਪਏ ਹੋ ਸੀ, ਉਸ ਕਰਕੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਹੁਣ ਜ਼ਿਆਦਾ ਹੋ ਰਿਹਾ ਪਿਛਲੇ ਸਾਲ ਨਾਲੋਂ। ਕਿਉਂ, ਦੋ ਨਰਾਤੇ ਪਿਛਲੇ ਨਰਾਤਾ ਤੋਂ ਪਿਛਲੇ ਨਰਾਤਾ ਵੀ ਖਾਲੀ ਚਲਾ ਗਿਆ, ਹੁਣ ਇਸ ਵਾਰ ਲੋਕਾਂ ਦੇ ਉਤਸ਼ਾਹ ਨਰਾਤਿਆਂ 'ਚ ਬਹੁਤ ਵਧੀਆ ਹੈ। ਅਤੇ ਮੰਦਰ ਦੀ ਤਿਆਰੀਆਂ, ਸਾਡੇ ਅਸੀਂ ਸੇਵਾ ਦਲ ਦੇ ਮੈਂਬਰ ਵੀ ਹੈਗੇ, ਇੱਥੇ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਹਰੇਕ ਚੀਜ਼ ਦੀ। ਜੇ ਗੱਲ ਕਰੀਏ ਪਿਛਲੇ ਸਾਲ ਦੇ ਮੁਕਾਬਲੇ ਰਸ਼ ਕਿੰਨਾ ਕੁ ਵਧਿਆ? ਨਹੀਂ, ਰਸ਼ ਪਿਛਲੇ ਸਾਲ ਨਾਲੋਂ ਤਾਂ ਬਹੁਤ ਠੀਕ ਹੈ ਜੀ। ਕਿਉਂ, ਪਿਛਲੇ ਵਾਰੀ ਕਰੋਨਾ ਕਰਕੇ ਲੋਕ ਡਰਦੇ ਕਰਕੇ ਬਾਹਰ ਨਹੀਂ ਨਿਕਲ ਰਹੇ ਸੀ, ਹੁਣ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਪਿਛਲੇ ਸਾਲ ਨਾਲੋਂ ਪਲੱਸ ਹੀ ਹੈ। ਪਰ ਜੇ ਜਿਹੜੀਆਂ ਤੁਸੀਂ ਰੱਸੀਆਂ ਬੰਨੀਆਂ ਹੋਈਆਂ ਨੇ, ਜੇ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਦੇਖੀਆਂ ਜਾਂਦੀਆਂ ਸੀ, ਪਰ ਅੱਜ ਉਹ ਲਾਈਨਾਂ ਦਿਖ ਨਹੀਂ ਰਹੀਆਂ। ਇਹ ਗੱਲ ਹੈ ਜੀ, ਹਜੇ ਵੀ ਲੋਕਾਂ ਦੇ ਮਨ 'ਚ ਥੋੜ੍ਹਾ ਬਹੁਤਾ ਡਰ ਹੈ ਜੀ। ਲੋਕ ਮਤਲਬ ਆਰਾਮ ਨਾਲ ਆਉਂਦੇ ਨੇ, ਵੀ ਲੋਕਾਂ ਨੂੰ ਐਂ ਹੁੰਦਾ ਵੀ ਰਸ਼ ਜ਼ਿਆਦਾ ਨਾ ਹੋਵੇ, ਦਿੱਕਤ ਨਾ ਹੋਵੇ ਕਿਸੇ ਪਬਲਿਕ ਨੂੰ ਵੀ, ਆਮ ਨੂੰ ਵੀ। ਇਸ ਚੀਜ਼ ਤੋਂ ਲੋਕ ਬਚਾਅ ਰੱਖ ਕੇ ਹੌਲੀ ਹੌਲੀ ਆ ਰਹੇ ਨੇ, ਮੱਥਾ ਟੇਕ ਰਹੇ ਨੇ, ਵੀ ਲਾਈਨਾਂ ਸਾਡੀਆਂ ਉਹਦੇ ਵੀ ਥੋੜ੍ਹੀ ਜਿਹੀ ਡਿਸਟੈਂਸ ਬਣਾ ਕੇ ਅਸੀਂ ਰੱਖੀਏ ਹਰੇਕ ਨੂੰ, ਵੀ ਕਿਸੇ ਨੂੰ ਦਿੱਕਤ ਨਾ ਆਵੇ ਕਰੋਨਾ ਕਰਕੇ। ਵੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਕਹਿੰਦੇ ਵੀ ਆਪਣਾ ਬਚਾਅ ਰੱਖੋ, ਡਿਸਟੈਂਸ ਬਣਾ ਕੇ ਰੱਖੋ, ਮੱਥਾ ਟੇਕੋ, ਆਪਦਾ ਮਾਤਾ ਦਾ ਆਸ਼ੀਰਵਾਦ ਲਵੋ, ਅਤੇ ਜਿੰਨੀ ਵੀ ਹੈ ਆਪਦੇ ਆਪ ਨੂੰ ਬਚਾ ਕੇ ਹਰੇਕ ਬੰਦੇ ਨੂੰ ਇੱਕ ਦੂਜੇ ਨੂੰ ਮਾਸਕ ਪਾ ਕੇ ਜਾਂ ਜੋ ਵੀ ਹੈ ਵੀ ਡਿਫਰੈਂਸ ਬਣਾ ਕੇ ਰੱਖੋ ਥੋੜ੍ਹਾ ਬੜਾ, ਵੀ ਲੋਕਾਂ ਦਾ ਬਚਾਓਗੇ ਅਤੇ ਹਰੇਕ ਦਾ ਵੀ ਬਚਾਓ। ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਂਦੇ ਹਾਂ ਕਿ ਇੱਥੇ ਪਰਚੀਆਂ ਵੀ ਕੱਟੀਆਂ ਜਾਂਦੀਆਂ, ਜਿਹੜੇ ਭਗਤ ਜਨ ਸ਼ਰਧਾ ਪੂਰਵਕ ਇੱਥੇ ਪਰਚੀ ਕਟਾਉਂਦੇ ਨੇ, ਕਾਊਂਟਰ ਹੈ ਪਰਚੀ ਦਾ, ਹਾਂਜੀ, ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਨੇ, ਜਿਹੜੇ ਵੀ ਭਗਤ ਜਨ ਸ਼ਰਧਾ ਪੂਰਵਕ ਆਉਂਦੇ ਨੇ, ਜਿਹੜਾ ਆਪਣਾ ਮੰਦਿਰ ਦੇ ਕੰਮ ਦੇ ਵਿੱਚ ਜਾਂ ਲੰਗਰ ਦੇ ਵਿੱਚ ਯੋਗਦਾਨ ਪਾਉਂਦੇ ਨੇ, ਇੱਥੇ ਪਰਚੀ ਵੀ ਕਟਾ ਸਕਦੇ ਨੇ। ਜਿਹੜੇ ਇੱਥੇ ਮੰਦਿਰ ਦੇ ਸੇਵਾਦਾਰ ਨੇ, ਜਿਹੜੇ ਇੱਥੇ ਮੁੰਡੇ ਸੇਵਾ ਕਰਦੇ ਨੇ, ਜਿਹੜੇ ਭਗਤ ਜਨਾਂ ਨੂੰ ਲਾਈਨਾਂ ਦੇ ਵਿੱਚ ਲਾਉਂਦੇ ਨੇ, ਕਿਸੇ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਂਦੀ, ਉਹ ਭਗਤ ਜਨ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰ ਰਹੇ ਨੇ। ਕੀ ਨਾਮ ਹੈ ਜੀ? ਜੈ ਮਾਤਾ ਦੀ। ਕੀ ਨਾਮ ਹੈ ਜੀ? ਰਵੀ ਕਾਲੜਾ ਜੀ। ਕਾਲੜਾ ਜੀ, ਕਿੱਦਾਂ ਦੇਖਦੇ ਹੋ ਭਗਤ ਜਨਾਂ ਦੀ ਲਾਈਨ ਅੱਜ ਘੱਟ ਲੱਗ ਰਹੀ ਹੈ, ਪਰ ਅਸੀਂ ਪਿਛਲੇ ਸਾਲ ਵੀ ਦੇਖਿਆ ਸੀ ਤੁਸੀਂ ਪਿਛਲੇ ਸਾਲ ਵੀ ਸੇਵਾ 'ਚ ਲੱਗੇ ਸੀ, ਜਿੰਨੀਆਂ ਲਾਈਨਾਂ ਸੀ ਤੁਸੀਂ ਉਹ ਲਾਈਨਾਂ ਨੂੰ ਸੈੱਟ ਕਰਾ ਕੇ ਭਗਤ ਜਨਾਂ ਨੂੰ ਬੜੀ ਸ਼ਰਧਾ ਪੂਰਵਕ ਮੱਥਾ ਟਿਕਾ ਰਹੇ ਸੀ। ਹਾਂਜੀ ਹਾਂਜੀ, ਦੇਖੋ ਜੀ ਅੱਜ ਵਰਕਿੰਗ ਡੇ ਹੈ ਜੀ, ਠੀਕ ਹੈ ਨਾ, ਤਾਂ ਰਸ਼ ਦੀ ਦਿੱਕਤ ਹੈ, ਪਰ ਸ਼ਾਮ ਤਾਂ ਰਸ਼ ਬਹੁਤ ਹੋਊਗਾ ਜੀ ਉਰੇ, ਅਤੇ ਬਾਕੀ ਠੀਕ ਹੈ ਜੀ, ਕੁਝ ਕੋਵਿਡ ਕਰਕੇ ਵੀ ਰਸ਼ ਘੱਟ ਹੈ ਜੀ ਇਸ ਵਾਰੀ, ਅਤੇ ਬਾਕੀ ਜੋ ਮਹਾਮਾਰੀ ਨੂੰ ਮਨਜ਼ੂਰ। ਪਰ ਜੇ ਗੱਲ ਕਰੀਏ ਜਿੰਨੇ ਵੀ ਭਗਤ ਜਨ ਆਉਂਦੇ ਨੇ, ਜਦੋਂ ਰਸ਼ ਬੜਾ ਜ਼ਿਆਦਾ ਹੋ ਜਾਂਦਾ, ਕਿਤੇ ਨਾ ਕਿਤੇ ਲੋਕਾਂ ਦਾ ਕਿੰਨਾ ਸਹਿਯੋਗ ਮਿਲ? ਦੇਖੋ ਜੀ, ਅਸੀਂ ਤਾਂ ਮਤਲਬ ਸਾਡੀ ਤਾਂ ਸ਼ੁਰੂ ਤੋਂ ਇਹੀ ਸੋਚ ਰਹੀ ਹੈ ਕਿ ਪਿਆਰ ਨਾਲ, ਕਿ ਇੱਥੇ ਬਿਲਕੁਲ ਸਿਸਟਮੈਟਿਕਲੀ ਮਤਲਬ ਲਾਈਨ 'ਚ ਮੱਥਾ ਟੇਕਣ, ਪਰ ਕੁਛ ਆਪਣੀ ਮਜਬੂਰੀਆਂ ਦੱਸਦੇ ਨੇ ਕਿ ਸਾਨੂੰ ਦੁਕਾਨ 'ਤੇ ਜਾਣਾ, ਕਿ ਸਾਡੇ ਬੱਚੇ ਦੇ ਪੇਪਰ ਹੈ, ਤਾਂ ਕੁਛ ਸਾਨੂੰ ਫੋਰਸ ਕਰਦੇ ਨੇ, ਅਸੀਂ ਜਿਵੇਂ ਟਿਕਾ ਦਿੰਦੇ ਹਾਂ, ਜਿਵੇਂ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਉਸ ਹਿਸਾਬ ਨਾਲ ਅਸੀਂ ਮੱਥਾ ਟਿਕਾ ਦਿੰਦੇ ਹਾਂ ਜੀ। ਜਿਹੜੇ ਭਗਤ ਜਨ ਆਉਣਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਬਸ ਇਹੀ ਅਪੀਲ ਹੈ ਜੀ ਕਿ ਦੇਖੋ, ਕਿ ਤੁਸੀਂ ਕਰੋ ਬਿਲਕੁਲ ਸਹੀ ਸ਼ਰਧਾ ਨਾਲ ਆਉਂਦੇ ਉਰੇ ਲਾਈਨ 'ਚ ਮੱਥਾ ਟੇਕੋ, ਠੀਕ ਹੈ ਨਾ, ਵੀ ਸਾਨੂੰ ਵੀ ਸਹਿਯੋਗ ਦਿਓ, ਠੀਕ ਹੈ ਨਾ, ਅਸੀਂ ਵੀ ਦੇਖੋ ਤੁਹਾਡੇ ਵਾਸਤੇ ਦਿਨ ਰਾਤ 9 ਦਿਨ ਅਸੀਂ ਆਪਣਾ ਘਰ ਪਰਿਵਾਰ ਕੰਮ ਕਾਰ ਛੱਡ ਕੇ ਅਸੀਂ ਵੀ ਉਰੇ ਤੁਹਾਡੇ ਲਈ ਉਰੇ ਹਾਜ਼ਰਾਂ, ਬਿਲਕੁਲ ਸਿਸਟਮੈਟਿਕਲੀ ਤੁਹਾਡੇ ਕਰਕੇ ਅਸੀਂ ਖੜੇ ਹਾਂ ਅਸੀਂ ਉਰੇ, ਵੀ ਸਾਡਾ ਸਹਿਯੋਗ ਦਿਓ। ਇਹ ਸੀ ਸਾਡੇ ਨਾਲ ਉਹ ਸੇਵਾਦਾਰ ਜੋ ਪਬਲਿਕ ਦੀ ਸੇਵਾ ਕਰਦੇ ਨੇ, ਲੋਕਾਂ ਨੂੰ ਲਾਈਨਾਂ ਦੇ ਵਿੱਚ ਲਵਾ ਕੇ ਆਰਾਮ ਨਾਲ ਮੱਥਾ ਟਿਕਾਉਂਦੇ ਨੇ। ਇਹਨਾਂ ਦਾ ਇਹ ਵੀ ਕਹਿਣਾ ਸੀ, ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਅਸੀਂ ਵੀ ਆਪਣੇ ਕੰਮ ਕਾਰ ਛੱਡ ਕੇ ਇੱਥੇ ਮੰਦਿਰ ਦੇ ਵਿੱਚ ਸੇਵਾ ਕਰ ਰਹੇ ਹਾਂ, ਤੁਹਾਡੀ ਸੇਵਾ ਕਰ ਰਹੇ ਹਾਂ। ਅਸੀਂ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਭਗਤ ਜਨ ਮੱਥਾ ਟੇਕਣ ਆਉਣ, ਸ਼ਰਧਾ ਪੂਰਵਕ ਲਾਈਨ ਦੇ ਵਿੱਚ ਲਾ ਕੇ ਮੱਥਾ ਟੇਕਣ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਸੰਗਰੂਰ ਤੋਂ ਟੋਨੀ ਸ਼ਰਮਾ, ਫੈਕਟ ਨਿਊਜ਼।